ਕੀ ਹਾਲ ਆ ਬਾਈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਨਾ ਗੱਲਬਾਤ ਦਾ, ਅਤੇ ਮੈਂ ਵੀਡੀਓ ਪਾਉਣ ਲੱਗਿਆ ਬਾਈ, ਫੋਨ ਬਹੁਤ ਆਉਂਦੇ ਸੀ ਬੰਦਿਆਂ ਦੇ। ਅਤੇ ਜੇ ਕਿਸੇ ਨੇ ਲੈਣੇ ਆ ਕਬੂਤਰ ਹੈ ਨਾ, ਅਤੇ ਆਪਣੇ ਕੋਲ ਹੈਗੇ ਆ, ਪਹਿਲਾਂ ਪੂਰੀ ਗੱਲ ਸੁਣ ਲਿਓ, ਸਾਰਿਆਂ ਨੂੰ ਪਤਾ ਹੀ ਆ ਜਿਹੜੇ ਨਹੀਂ ਪਤਾ। ਅਤੇ ਵੀ ਆਪਣੇ ਘਰ ਚੱਲਦੀ ਸੀ ਪ੍ਰੋਬਲਮ ਬਾਈ, ਆਪਾਂ ਤੋਂ ਕਬੂਤਰ ਕੱਢੇ ਨਹੀਂ ਗਏ, ਜਿਹੜੀ ਗੱਲ ਹੈਗੀ 8-10 ਕੀ ਕੱਢੇ ਸੀ ਕਬੂਤਰ, ਅਤੇ ਆਹ ਕਬੂਤਰੀਆਂ ਨੇਗੀਆਂ, ਅਤੇ ਦੂਜੇ ਪਾਸੇ ਕਬੂਤਰ ਨੇ, ਹੋਰ ਵੀ ਬੈਠੇ ਆ, ਇਹ ਸਾਰੇ ਐਤਕੀ ਕੱਢਣੇ ਸੀ ਬਾਈ। ਅਤੇ ਜਿਹੜੇ ਤਾਂ ਭਰਾਵਾਂ ਨੂੰ ਪਤਾ ਮੇਰੇ ਨਾਲ ਜੁੜੇ ਹੋਏ ਆ, ਵੀ ਘਰ ਪ੍ਰੋਬਲਮ ਚੱਲਦੀ ਸੀ, ਕਬੂਤਰ ਕੱਢੇ ਨਹੀਂ ਗਏ, 10 ਕੱਢੇ ਸੀ, ਅੱਜ ਨਾ ਰੰਗ ਲੱਗਿਆ ਬਾਈ ਛੱਡਣ ਵਾਲੇ, ਛੱਡਾਂਗੇ ਬਾਈ ਬਾਜੀ, ਕਿਉਂਕਿ ਕੱਢ ਲਏ ਸੀਗੇ। ਅਤੇ ਜੇ ਕਿਸੇ ਨੇ ਲੈਣਾ ਬਈ 5 ਤੋਂ 6 ਹਜ਼ਾਰ ਦਾ ਜੋੜਾ, ਇਦੂ ਘੱਟ ਨਹੀਂ ਆਪਾਂ ਦੇਣਾ ਹੈਗਾ, ਚਾਹੇ ਕੋਈ ਹੋਵੇ। ਇਹ ਵੀ ਆਪਾਂ ਤਾਂ ਵੀ ਵਾਹਲੇ ਬੰਦੇ ਫੋਨ ਕਰਦੇ ਸੀ ਹੈ ਨਾ, ਵੀ ਕੋਈ 10 ਮੰਗਦਾ, ਕੋਈ ਬਾਈ 20 ਮੰਗਦਾ, ਚੱਲ ਜਿਹਨੂੰ ਜਿਹੋ ਜਿਹੇ ਦੇਣ ਵਾਲੇ ਹੁੰਦੇ ਉਹੋ ਜਿਹੇ ਵੀ ਦੇ ਦਿਆ। ਅਤੇ ਦੂਜੀ ਗੱਲ, ਆਪਾਂ ਠੱਗੀ ਵਾਲਾ ਕੋਈ ਕੰਮ ਨਹੀਂ, ਸਾਰਿਆਂ ਨੂੰ ਪਹਿਲਾਂ ਦੱਸ ਦਈਏ, ਇਹਨਾਂ ਦੇ ਮਾਂ ਪਿਓ ਚੈੱਕ ਹੋਏ ਵਾ, ਸਾਰੇ ਡਾਇਬ ਆ, ਭੈਣ ਭਾਈ ਵੀ ਠੀਕ ਆ। ਇਹ ਆਪਾਂ ਬਾਈ ਕੱਢੇ ਵੀ ਹੈ ਨਹੀਂ ਹਜੇ, ਕੱਲ੍ਹ ਨੂੰ ਕੋਈ ਇਹ ਨਾ ਪੁੱਛੇ ਵੀ ਫਲਾਨਾ ਬਾਈ ਕਿਵੇਂ ਉੱਡਦਾ, ਝੌਂਕਾ ਕਿਵੇਂ ਉੱਡਦਾ, ਹੈ ਨਾ। ਅਤੇ ਇਹ ਆਪਾਂ ਬਾਈ ਕਬੂਤਰ ਹਜੇ ਕੱਢੇ ਵੀ ਹੈ ਨਹੀਂ, ਹਜੇ ਮੰਨ ਕੇ ਚਲੋ ਵੀ ਧੁੱਪ ਵੀ ਨਹੀਂ ਲਵਾਈ ਇਹਨਾਂ ਨੂੰ। ਅਤੇ ਝੂਠ ਬੋਲਣ ਨੂੰ ਤਾਂ ਮੈਂ ਕੁਛ ਮਰਜ਼ੀ ਬੋਲੀ ਜਾਵਾਂ, ਫਲਾਨੇ ਵਾਲਾ ਬਾਈ ਦਿਨ ਮਾਰਦਾ ਝੌਂਕਾ, ਜਦੋਂ ਕੱਢੀ ਨਹੀਂ ਯਾਰ, ਸਿਆਲਾਂ ਵੇਲੇ ਤਾਂ ਬੰਦ ਕਰੇ ਬੇਟਾ, ਜੇ ਵੀ ਬੱਚੇ ਹੁੰਦੇ। ਅਤੇ ਕਬੂਤਰ ਵੀ ਆ, ਕਬੂਤਰੀਆਂ ਵੀ ਆ, ਜੇ ਕੋਈ ਹੈਗਾ ਚਾਹਵਾਨ ਤਾਂ ਮੇਰੇ ਨਾਲ ਸੰਪਰਕ ਕਰ ਲਿਓ, ਕਿਉਂਕਿ ਫੋਨ ਆਉਂਦੇ ਸੀ ਬਾਲਿਆਂ ਦੇ, ਮੈਂ ਦੇ ਦਿੰਦਾ ਸੀ ਜਵਾਬ ਬਾਈ, ਕਿਉਂਕਿ ਜਵਾਬ ਤਾਂ ਦਿੰਦੇ ਸੀ ਕਿੰਤੂ ਪਰੰਤੂ ਬਾਹਲਾ ਹੁੰਦਾ ਸੀ ਬਾਈ, ਕੀ ਆ, ਕਿਵੇਂ ਆ, ਕਿਵੇਂ ਉੱਡਦੇ ਆ, ਕੀ ਗੱਲ ਆ, ਕੀ ਬਾਤ ਆ, ਜੇ ਫਿਰ ਅਗਲੇ ਨੂੰ ਕਹਿੰਦੇ ਵੀ ਇੰਨੇ ਦੇ ਦੇਣੇ ਆ, ਫਿਰ ਅਗਲਾ ਨੱਕ ਜੇ ਮੜਦਾ ਸੀਗਾ। ਅਤੇ ਹੁਣ ਨੱਕ ਵੱਟਣ ਵਾਲੀ ਗੱਲ ਵੀ ਨਹੀਂ, ਅਤੇ ਹੈ ਨਾ, ਜੇ ਕਿਸੇ ਨੇ ਲੈਣੇ ਹੋਏ ਮੇਰੇ ਨਾਲ ਕਰ ਲਿਓ ਸੰਪਰਕ, 9876-70-87 ਵਟਸਐਪ 'ਤੇ ਮੈਨੂੰ ਫੋਨ ਕਰ ਲਿਓ ਬਾਈ, ਮੈਸੇਜ ਕਰ ਲਿਓ। ਅਤੇ ਜਿਹੜੇ ਰੰਗ ਲੱਗੇ ਵਾਲੇ ਇਹ ਨਹੀਂ ਦੇਣੇ ਹੈਗੇ, ਕੱਢੀਆਂ ਮੈਂ ਕਬੂਤਰੀਆਂ ਬਾਈ ਫੁੱਟਣਗੀਆਂ, ਅਤੇ ਉੱਧਰ ਵੀ ਆ ਕਬੂਤਰ ਵੀ ਆ, ਕੱਲੀਆਂ ਕਬੂਤਰੀਆਂ ਦੀ ਵੀਡੀਓ ਪਾ ਦੀ ਆਪਾਂ ਫਿਲਹਾਲ। ਅਤੇ ਕਬੂਤਰ ਤੁਹਾਨੂੰ ਪਤਾ ਹੀ ਆ ਵੀ ਆਪਣੇ ਕੋਲ, ਮੈਂ ਐਵੇਂ ਗੱਪ ਮਾਰੀ ਆ, ਫਲਾਨੇ ਵੀ ਆ ਮੇਰੇ ਕੋਲ, ਝੌਂਕੇ ਵੀ ਮੇਰੇ ਕੋਲ, ਬਰੀਡਾ ਬਾਈ 2-3 ਹੀ ਆ। ਤੁਸੀਂ ਕਹੀ ਜਾਂ ਵੀ ਆਹ ਨਸਲ ਦੇ ਦੇ, ਆਹ ਨਸਲ ਦੇ ਦੇ ਬਾਈ, ਜਿਹੜੇ ਹੈ ਹੀ ਨਹੀਂ ਉਹ ਕਿੱਥੋਂ ਦੇ ਦਾਂਗੇ, ਆਹ ਬਾਈ ਦੇਣ ਵਾਲੀ ਹੈ ਨਹੀਂ, ਇਹ ਖਰਾਬ ਆ ਕਬੂਤਰੀ, ਇਹ ਕੱਢੀ ਸੀ ਅਤੇ ਇਹਨੂੰ ਕੋਈ ਨੁਕਸ ਪੈ ਗਿਆ, ਉੱਡ ਕੇ ਨਹੀਂ ਹੈਗੀ, ਯਾਨੀ ਕਿ ਅਤੇ ਇਹ ਬਸ ਤਾਂ ਹੀ ਰੱਖ ਲਈ ਸਿਆਣੀ ਵਾਲੀ ਆ, ਇਹ ਕਬੂਤਰ ਭਜਾਉਣ ਨੂੰ ਰੱਖ ਲਈ। ਬਾਕੀ ਬਾਈ ਜਿਹਨੂੰ ਪਸੰਦ ਆਉਂਦੇ ਹੋਏ ਅਤੇ ਆ ਜਾਓ, ਫੋਟੋਆਂ ਨਾ ਪੈਣ, ਨਾ ਕਿਸੇ ਨੂੰ ਵੀਡੀਓ ਪਵੇ, ਅਤੇ ਜਿਹਨੇ ਲੈਣੇ ਹੋਏ ਆਪਣੇ ਘਰ ਆ ਜਾਓ ਫੋਨ ਕਰਕੇ, ਬਾਈ ਅਸੀਂ ਕੱਲ੍ਹ ਨੂੰ ਆਵਾਂਗੇ ਜਾਂ ਪਰਸੋਂ ਨੂੰ ਆਵਾਂਗੇ, ਅਤੇ ਫੋਟੋਆਂ ਨਹੀਂ ਬਾਈ ਕਿਸੇ ਨੂੰ ਪੈਣੀਆਂ, ਠੀਕ ਆ, ਓਕੇ, ਸਤਿ ਸ਼੍ਰੀ ਅਕਾਲ ਆ ਸਾਰਿਆਂ ਨੂੰ। ਮਾਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਅਤੇ ਜੇ ਕਿਸੇ ਨੂੰ ਬਾਹਲੀ ਕਿੰਤੂ ਪਰੰਤੂ ਹੈ ਮੇਰੇ ਬਾਰੇ, ਪਹਿਲਾਂ ਪੂਰੀ ਜਾਣਕਾਰੀ ਲੈ ਲਿਓ ਵੀ ਕਿਉਂ ਦੇ ਰਿਹਾ ਕਬੂਤਰ, ਕੀ ਕਾਰਨ ਆ, ਕੀ ਗੱਲ ਆ, ਕੀ ਬਾਤ ਆ, ਕਿਉਂਕਿ ਫ੍ਰੀ ਮੈਂ ਅੱਗੇ ਵੀ ਬਥੇਰੇ ਦਿੱਤੇ ਆ, ਵੇਚੇ ਵੀ ਬਥੇਰੇ, ਐਵੇਂ ਝੂਠ ਮਾਰੀਏ, ਵੇਚੇ ਮੈਂ ਪਿਛਲੇ ਸਾਲ ਹੀ, ਫ੍ਰੀ ਹਰੇਕ ਥਾਲੀ ਦਿੱਤੇ ਆ, ਅਤੇ ਫ੍ਰੀ ਇਹ ਵੀ ਦੇ ਸਕਦਾ ਸੀ ਬਾਈ, ਖਰਚਾ ਮੇਰਾ ਵੀ ਹੁੰਦਾ ਹੈ ਨਾ, ਐਂਟਰੀਆਂ ਵੀ ਭਰਦੇ ਆ, ਖੁਰਾਕ ਵੀ ਪਾਉਣੇ ਆ, ਅਤੇ ਫਿਰ ਮੁੜ ਕੇ ਕਲੇਸੋ ਕਲੇਸੀ ਉਹਨੇ, ਕਿਉਂ ਜਿਹਨੂੰ ਫ੍ਰੀ ਦਿੱਤੇ ਹੁੰਦੇ ਫਿਰ ਆਪ ਨੂੰ ਲਾਲਚ ਹੁੰਦਾ ਵੀ ਆਪਾਂ ਵੀ ਲੈ ਆਈਏ, ਉਹ ਤੋਂ 2 ਬੱਚੇ ਜਾਂ ਕਿਵੇਂ, ਕੀ ਗੱਲ ਆ, ਕੀ ਬਾਤ ਆ ਨਾ, ਫਿਰ ਅਗਲਾ ਬਾਈ ਪੂਛ ਨਹੀਂ ਫੜਾਉਂਦਾ, ਬਥੇਰੇ ਬੰਦਿਆਂ ਨੇ ਐਂ ਕਰੀ ਆ। ਅਤੇ ਬਾਕੀ ਕਰ ਲਿਓ ਵੀਰੇ ਸੰਪਰਕ, ਆਪਾਂ ਤਾਂ ਹੀ ਜਾਇਜ਼ ਹੀ ਦੇਣੇ ਆ, ਵੀ 7 ਹਜ਼ਾਰ ਦਾ ਜੋੜਾ ਜਾਇਜ਼ ਹੀ ਦੇਣਾ ਆਪਾਂ, ਇੰਨੀ ਧੱਕੇ ਵਾਲੀ ਗੱਲ ਨਹੀਂ ਵੀ 10 ਹਜ਼ਾਰ 15 ਹਜ਼ਾਰ ਲੈਣਾ, ਜਿਹੋ ਜਿਹੇ ਬੰਦੇ ਨਾਲ ਹੋਈ ਆ ਉਹੋ ਜਿਹਾ ਬਥੇਰੇ ਨਾਲ ਗੱਲ ਵੀ ਉਵੇਂ ਕੀਤੀ ਆ, ਜਿਹੋ ਜਿਹੇ ਅਗਲੇ ਦੀ ਫਿਰ ਸੁਣਨ ਦੀ ਇੱਛਾ ਹੁੰਦੀ ਆ, ਉਹੋ ਜਿਹੀ ਅਗਲੇ ਨਾਲ ਗੱਲ ਕਰ ਲਈ ਦੀ ਹੈ ਨਾ। ਅਤੇ ਆਏ ਉਹ ਮੇਰਾ ਭਰਾ ਜਿਹਦੇ ਰੱਖੇ ਹੋਏ ਆ ਕਬੂਤਰ, ਗੌਰ ਕਰ ਲੂ, ਡਾਲੂਗਾ ਵਧੀਆ, ਨਵਾਂ ਬੰਦਾ ਨਾ ਕੋਈ ਆਵੇ ਜਿਹਨੇ ਹਜੇ ਕਬੂਤਰੀ 6 ਮਹੀਨੇ ਹੋਇਆ ਨਾ, ਜਾਂ ਹੁਣ ਖੁੱਡਾ ਪਾਉਣਾ ਕਬੂਤਰ ਦੇਖ ਕੇ, ਅਤੇ ਉਹ ਨਾ ਕੋਈ ਲੈਣ ਆਵੇ, ਨਾ ਹੀ ਆਪਾਂ ਦਈਏ, ਠੀਕ ਆ ਬਾਈ, ਓਕੇ, ਸਤਿ ਸ਼੍ਰੀ ਅਕਾਲ ਆ ਸਾਰਿਆਂ ਨੂੰ। ਇਹ ਸਾਰੀਆਂ ਕਬੂਤਰੀਆਂ ਸੀ, ਕਬੂਤਰ ਦੂਜੇ ਖੁੱਡੇ 'ਚ ਨੇ, ਇੱਕ ਖੁੱਡੇ 'ਚ ਹੋਰ ਆ, ਉਹਦੇ ਜੋੜੇ ਲਾਏ ਹੋਏ ਆ, ਇਹ ਹੈ ਸਾਰੇ ਛੱਡਣ ਵਾਲੇ ਐਤਕੀ ਵਾਲੇ ਕਬੂਤਰ ਨੇ ਬਾਈ, ਮੈਂ ਵੀ ਝੂਠ ਮਾਰੀ ਜਾਵਾਂ, ਮੇਰੇ ਫਲਾਨਾ ਮੇਰੇ ਝੌਂਕਾ, ਇੱਕ ਵੀ ਕਬੂਤਰ ਨੂੰ ਹਵਾ ਵੀ ਨਹੀਂ ਲਵਾਈ ਹੋਈ ਸਿਆਲਾਂ ਤੋਂ ਬਾਅਦ, ਜਿਨ੍ਹਾਂ ਦੇ ਲਾਲ ਰੰਗ ਆ ਇਕੱਲੇ ਉਡਾ ਕੇ ਦੇਖੇ ਵਾ, ਮੇਰੇ ਡਾਏ ਵੇ, ਗਿੱਜੇ ਵੇ ਵੀ ਆ, ਇਹ ਡਾਵਾਂਗੇ ਭਾਜੀ। ਅਤੇ ਤੁਹਾਨੂੰ ਪਤਾ ਵੀ ਆਪਣੇ ਘਰ ਥੋੜ੍ਹੀ ਜਿਹੀ ਢੱਲ ਮੱਠ ਚੱਲਦੀ ਸੀਗੀ, ਕਬੂਤਰ ਕੱਢੇ ਨਹੀਂ ਗਏ ਮੇਰੇ ਵੀ, ਇਹ ਕਿਸੇ ਕੰਮ ਨਹੀਂ ਹੈਗੇ, ਕਿਉਂਕਿ ਮੇਰੇ ਕੋਲ ਆਪਦੇ ਕੋਲ ਘੱਟੋ ਘੱਟ 60-70 ਜੋੜੇ ਘਰੇ ਬੈਠਿਆ ਵੱਡੇ, ਅਤੇ ਮੈਂ ਇੰਨੇ ਕਰਨੇ ਵੀ ਕੀ ਆ ਨਾ, ਅਤੇ ਚੱਲ ਮੇਰੀ ਵੀ ਜਿਵੇਂ ਕਹਿੰਦੇ ਅਗਲੇ ਦੀ ਲੋੜ ਪੂਰੀ ਹੋਊ ਜੀ, ਤਾਂ ਮੇਰੀ ਵੀ ਲੋੜ ਪੂਰੀ ਹੋਊਗੀ। ਓਕੇ ਬਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਹ ਦੇਖ ਵੀ ਸਕਦੇ ਤੁਸੀਂ ਖੁੱਡੇ ਦੇ ਹਾਲਾਤ, ਹੁਣ ਸਾਫ਼ ਕਰੂੰਗਾ ਬਾਈ ਖੁੱਡਾ ਇਹ, ਅਤੇ ਮਤਲਬ ਖੁੱਡਾ ਵੀ ਨਹੀਂ ਸਾਫ਼ ਹੋਇਆ, ਇੰਨੀ ਕੰਡੀਸ਼ਨ, ਯਾਨੀ ਕਿ ਕੰਮ ਕਾਰ ਹੋਰ, ਕਿਤੇ ਬਰਨਾਲੇ ਕਿਹਨੂੰ ਦਵਾਈ ਦਵਾਉਣ ਵਗ ਜਾ, ਕਿਤੇ ਕਿਹਨੂੰ ਦਵਾਉਣ ਵਗ ਜਾ, ਆਹ ਕੁਛ ਚੱਲੀ ਗਿਆ। ਚੱਲ ਪਰਮਾਤਮਾ ਜਿਵੇਂ ਕਹਿੰਦੇ ਸਭ 'ਤੇ ਮਿਹਰ ਕਰੇ, ਆਪਾਂ ਤਾਂ ਕਹਿੰਦੇ ਹਾਂ ਨਾ, ਕਿਸੇ ਦੁਸ਼ਮਣ 'ਤੇ ਵੀ ਜਹਿਮਤ ਨਾ ਪਾਵੇ, ਅਤੇ ਚੱਲ ਆਪਾਂ ਜਿਵੇਂ ਕਹਿੰਦੇ ਸਹੀ ਕੰਮ ਕਰਦੇ ਕਰਕੇ ਬਾਈ ਪਰਮਾਤਮਾ ਆਪਣੀ ਬਾਂਹ ਵੀ ਫੜਦਾ, ਕੋਈ ਨੁਕਸਾਨ ਐਡਾ ਬਚਾ ਲੈਂਦਾ ਹੋਣ ਤੋਂ।
जान जरूरी आ, सलाम तो चाहिए, अंग पैर कोई चल नहीं चली जाती है ना, ढल मटता गलबात। बाकी ओके आ बई।